अजकल सोशल मीडिया ते एक वीडियो बहुत वायरल हुई पई है जिस दे विच दसया जा रहा कि जेकर तुसी किधरे जा रहे हो तारा दे विच जे टोल पैंदा तां एक बार टोल दी पर्ची कटाउण तों बाद 12 घंटे दे अंदर अंदर तुसी वापस भी मुड़ सकदे हो बिना कोई दूजी पर्ची लिया ते पर्ची भी सिंगल साइड दी कटा के पर्ची ना सिंगल हुंदी है ना डबल हुंदी है 12 घंटे दी जां 24 घंटे दी हुंदी है जे तुसी 12 घंटे दे विच उसे रास्ते चो मुड़ सकदे आ ਤਾਂ 12 ਘੰਟੇ ਵਾਲੀ ਲੈ ਲਓ ਜਿਹਨੂੰ ਇਹ ਸਿੰਗਲ ਆਉਂਦੇ ਆ ਮੁੜਦਿਆਂ ਦਾ ਤੁਹਾਡਾ ਕੋਈ ਟੋਲ ਨਹੀਂ ਲੱਗਣਾ ਕੋਈ ਪਰਚੀ ਨਹੀਂ ਲੱਗਣੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਖਬਰ ਦੀ ਸੱਚਾਈ ਜਾਣਨ ਦੇ ਲਈ ਸਾਡੀ ਟੀਮ ਨੇ ਵੀ ਪੁੱਛ ਪੜਤਾਲ ਸ਼ੁਰੂ ਕੀਤੀ ਸੱਚਾਈ ਜਾਣਨ ਦੇ ਲਈ ਸਾਡੀ ਟੀਮ ਪਹੁੰਚੀ ਚੰਡੀਗੜ੍ਹ ਦਿੱਲੀ ਹਾਈਵੇ ਤੇ ਸਥਿਤ ਤੱਪਰ ਟੋਲ ਪਲਾਜ਼ਾ ਤੇ ਉੱਥੋਂ ਸਿੰਗਲ ਦੀ ਪਰਚੀ ਕਟਾਈ ਗਈ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਸਿੰਗਲ ਪਰਚੀ ਕਟਾਉਣ ਤੋਂ ਬਾਅਦ 12 ਘੰਟਿਆਂ ਦੇ ਅੰਦਰ ਅੰਦਰ ਇਸੇ ਪਰਚੀ ਤੇ ਵਾਪਸੀ ਕੀਤੀ ਜਾ ਸਕਦੀ ਹੈ ਤਾਂ ਟੋਲ ਪਲਾਜ਼ਾ ਤੇ ਮੌਜੂਦ ਮੈਨੇਜਰ ਨੇ ਸਾਫ ਕੀਤਾ ਕਿ ਅਜਿਹਾ ਕੁਝ ਵੀ ਨਹੀਂ ਹੋ ਸਕਦਾ ਤੇ ਖਬਰ ਬਿਲਕੁਲ ਗਲਤ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਇੱਕ ਨੋਟੀਫਿਕੇਸ਼ਨ ਦਿਖਾਉਂਦਿਆਂ ਮੈਨੇਜਰ ਨੇ ਸਾਫ ਕੀਤਾ ਕਿ ਸਿੰਗਲ ਐਂਟਰੀ ਤੇ ਸਿਰਫ ਤੁਸੀਂ ਇੱਕ ਵਾਰ ਹੀ ਟੋਲ ਕ੍ਰਾਸ ਕਰ ਸਕਦੇ ਹੋ ਜੇ ਵਾਪਸ ਆਉਣਾ ਤਾਂ ਦੁਬਾਰਾ ਪਰਚੀ ਕਟਾਉਣੀ ਪਵੇਗੀ ਜਾਂ ਫਿਰ ਆਉਣ ਜਾਣ ਦੀ ਪਰਚੀ ਲੈ ਕੇ ਜਾਣੀ ਪਵੇਗੀ ਜਦ ਤੁਸੀਂ ਕੋਈ ਪਰਚੀ ਲੈਂਦੇ ਹੋ ਰਿਟਰਨ ਜਰਨੀ ਸਲਿਪ ਕੋਈ ਵੀ ਤੁਸੀਂ ਕਟਵਾਈ 55 ਰੁਪਏ ਦੀ ਛੋਟੀ ਗੱਡੀ ਵਾਸਤੇ ਉਹ ਟੂ ਐਂਡ ਫਰੋ ਹੈ 24 ਘੰਟੇ ਦੇ ਅੰਦਰ ਅੰਦਰ ਤੁਸੀਂ ਜਦ ਤੁਸੀਂ ਅਗਰ ਜੀਰਕਪੁਰ ਵੱਲੋਂ ਆ ਰਹੇ ਹੋ ਅੰਬਾਲਾ ਵੱਲ ਨੂੰ ਜਾਣਾ ਹੈ ਤਾਂ ਤੁਸੀਂ ਵਾਪਸੀ ਕਰਨੀ ਹੈ ਉਹ 24 ਘੰਟੇ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਿਰਫ ਇੱਕ ਵਾਰ ਅਲਾਊਡ ਹੋਊਗਾ ਯਾਨੀ ਕਿ ਟੂ ਐਂਡ ਫਰੋ ਇੱਕ ਵਾਰ ਗਏ ਅੰਬਾਲਾ ਦੀ ਤਰਫ ਨੂੰ ਤੇ ਦੂਜੀ ਵਾਰ ਚੰਡੀਗੜ੍ਹ ਵਾਪਸ ਆ ਗਏ ਤਾਂ ਉਹ ਪਰਚੀ ਮਾਨਿਆ ਹੈ ਜਦ ਇੱਕ ਤੁਹਾਡਾ ਟ੍ਰਿਪ ਪੂਰਾ ਹੋ ਗਿਆ ਭਾਵੇਂ ਉਹ 24 ਘੰਟੇ 'ਚ ਹੋਵੇ ਮੈਕਸੀਮਮ 24 ਘੰਟੇ ਭਾਵੇਂ ਤੁਸੀਂ ਗਏ ਘੰਟੇ ਦੇ ਅੰਦਰ ਵਾਪਿਸ ਆ ਗਏ ਉਹ ਪਰਚੀ ਉੱਥੇ ਖਤਮ ਹੋ ਜਾਏਗੀ ਸਿੰਗਲ ਜਰਨੀ ਵਿੱਚ ਟਾਈਮ ਲਿਮਿਟ ਨਹੀਂ ਹੈ ਸਰ ਮਤਲਬ ਇੱਕ ਵਾਰ ਗਏ ਤਾਂ ਉਹ ਖਤਮ ਹੈ ਇੱਕ ਵਾਰ ਤੁਸੀਂ ਉਹ ਟੋਲ ਸਾਡਾ ਕ੍ਰਾਸ ਕਰ ਲਿਆ ਤਾਂ ਉਹ ਪਰਚੀ ਖਤਮ ਹੈ ਇਹ ਨਹੀਂ ਕਿ ਤੁਸੀਂ ਕਹੋ ਕਿ ਭਾਵੇਂ ਤੁਸੀਂ ਉਹ 15-20 ਮਿੰਟ ਬਾਅਦ ਵੀ ਵਾਪਿਸ ਆਓ ਜੀ ਮੇਰੀ ਹੁਣੇ ਲੈ ਕੇ ਗਿਆ 15 ਮਿੰਟ ਪਹਿਲੇ ਉਹ ਪਰਚੀ ਵੈਲਿਡ ਨਹੀਂ ਹੈ ਸਰ ਮੈਨੇਜਰ ਨੇ ਵੀ ਦੱਸਿਆ ਕਿ ਇਸ ਖਬਰ ਤੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨਾਲ ਟੋਲ ਪਲਾਜ਼ਾ ਤੇ ਬਹਿਸ ਬਸਾਈ ਵੀ ਹੋਈ ਹੈ ਅਤੇ ਉਹਨਾਂ ਨੂੰ ਵੀ ਇਹੀ ਦੱਸਿਆ ਗਿਆ ਕਿ ਅਜਿਹਾ ਕੁਝ ਵੀ ਨਹੀਂ ਅੱਜ ਸਵੇਰੇ ਹੀ ਦੋ ਬੰਦੇ ਆਏ ਸੀਗੇ ਮੈਨੂੰ ਕੋਈ ਸਰਦਾਰ ਜੀ ਹੈਗੇ ਮੈਨੂੰ ਉਹਨਾਂ ਤੋਂ ਹੀ ਪਤਾ ਲੱਗਿਆ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਕਿ ਇਹ ਵੀਡੀਓ ਦੀ ਕੀ ਅਸੀਂ ਤਾਂ ਵੀਡੀਓ ਦੇ ਹਿਸਾਬ ਨਾਲ ਸਭ ਤਾਂ ਕਰਾਂਗੇ ਮੈਂ ਉਹਨਾਂ ਨੂੰ ਆਪਣੀ ਐਨਏਚਏ ਦੀ ਲੈਟਰਸ ਦਿਖਾਈਆਂ ਜੋ ਵੀ ਸੀਗੇ ਲੈਟਰਸ ਤਾਂ ਉਹ ਸੈਟੀਸਫਾਈ ਹੋ ਕੇ ਚਲੇ 7:30 ਤੋਂ ਲੈ ਕੇ 8:30 ਵਜੇ ਤੱਕ ਜਾਮ ਵੀ ਸੀਗਾ ਕਿਉਂਕਿ ਦੋ ਕੁ ਬੰਦੇ ਉਸੇ ਵਜ੍ਹਾ ਤੋਂ ਰੁਕੇ ਰਹੇ ਜਿਸ ਕਾਰਨ ਸਾਡੀਆਂ ਇੱਕ ਦੋ ਲੈਣਾ ਬੰਦ ਰਹੀਆਂ ਕਿਉਂਕਿ ਉਹ ਖੜੇ ਦੇ ਵਿੱਚ ਹੀ ਰੋਕ ਕੇ ਚਲੇ ਗਏ ਤਾਂ ਉਹਨਾਂ ਨੂੰ ਕਨਵਿੰਸ ਕਰਨ ਸਾਨੂੰ 5-10 ਮਿੰਟ ਲੱਗ ਗਏ ਨਾ ਉਹ ਅੱਗੇ ਕਰ ਰਹੇ ਸੀ ਗੱਡੀ ਕਹਿੰਦੇ ਜੀ ਆਪਾਂ ਤਾਂ ਇਹੀ ਲੈ ਕੇ ਜਾਣਾ ਫਿਰ ਉਹਨਾਂ ਨੂੰ ਜਦੋਂ ਸੈਟੀਸਫਾਈ ਹੋਏ ਫਿਰ ਉਹ ਕਹਾਂਗੇ ਸੋ ਟੋਲ ਪਲਾਜ਼ਾ ਤੇ ਕਿਸੇ ਤਰ੍ਹਾਂ ਦੀ ਕੋਈ ਤਲਖਬਾਜ਼ੀ ਨਾ ਹੋਵੇ ਇਸ ਲਈ ਹੀ ਸਾਡੀ ਟੀਮ ਨੇ ਇਹ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਹੈ ਤੇ ਇਹ ਸਾਫ਼ ਹੈ ਕਿ ਜੇਕਰ ਤੁਸੀਂ ਇੱਕ ਪਾਸੇ ਦੀ ਪਰਚੀ ਕਟਾ ਰਹੇ ਹੋ ਤਾਂ ਸਿਰਫ ਇੱਕ ਪਾਸੇ ਹੀ ਜਾ ਸਕਦੇ ਹੋ 12 ਘੰਟਿਆਂ ਦੇ ਅੰਦਰ ਅੰਦਰ ਵਾਪਸੀ ਉਸੇ ਪਰਚੀ ਤੇ ਨਹੀਂ ਹੋ ਸਕਦੀ ਦਲਜੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ